are watching Channel Y. Channel Y, a South Asian Canadian channel. ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੈਪਟਨ ਸਰਕਾਰ ਦਾ ਤੀਜਾ ਬਜਟ ਪੇਸ਼ ਕਰ ਦਿੱਤਾ ਹੈ। ਉਹਨਾਂ ਦੇ ਭਾਸ਼ਣ ਵਿੱਚ ਅਕਾਲੀ ਦਲ ਵੱਲੋਂ ਕੀਤੇ ਹੰਗਾਮੇ ਕਾਰਨ ਵਿਘਨ ਪਿਆ, ਪਰ ਮਨਪ੍ਰੀਤ ਬਾਦਲ ਨੇ 1,58,493 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਕੈਪਟਨ ਸਰਕਾਰ ਨੇ ਵਿੱਤੀ ਵਰ੍ਹੇ 2019-20 ਦੌਰਾਨ ਸੂਬਾ ਵਾਸੀਆਂ ਉੱਤੇ ਕੋਈ ਵੀ ਨਵਾਂ ਕਰ ਨਾ ਲਾਉਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ 'ਚੋਂ ਕਿਸਾਨਾਂ ਲਈ ਮੁਫ਼ਤ ਬਿਜਲੀ ਦੇਣ ਲਈ 8,969 ਕਰੋੜ ਰੁਪਏ ਅਤੇ ਸਨਅਤਾਂ ਨੂੰ 1,513 ਕਰੋੜ ਰੁਪਏ ਦੀ ਸਬਸਿਡੀ ਐਲਾਨੀ ਗਈ ਹੈ। ਪੈਟਰੋਲ ਅਤੇ ਡੀਜ਼ਲ 'ਤੇ ਵੈਟ ਘਟਾਇਆ ਗਿਆ ਅਤੇ ਪੈਟਰੋਲ 5 ਰੁਪਏ ਅਤੇ ਡੀਜ਼ਲ 1 ਰੁਪਏ ਸਸਤਾ ਕਰ ਦਿੱਤਾ ਗਿਆ। ਸੰਗਰੂਰ, ਪਠਾਨਕੋਟ ਅਤੇ ਗੁਰਦਾਸਪੁਰ ਲਈ ਮੈਡੀਕਲ ਕਾਲਜ ਬਣਾਉਣ ਲਈ ਵਿਵਸਥਾ ਕੀਤੀ ਗਈ ਹੈ। ਪੰਜਾਬ 'ਚ 15 ਨਵੀਆਂ ITI ਉਸਾਰੀਆਂ ਜਾਣਗੀਆਂ। ਇੱਥੇ ਹੀ ਯੂਨੀਵਰਸਿਟੀ ਲਈ ਫੰਡਾਂ 'ਚ 6% ਵਾਧਾ ਕੀਤਾ ਗਿਆ। ਤਗਮੇ ਜੇਤੂ ਖਿਡਾਰੀਆਂ ਲਈ ਸਰਕਾਰ ਨੇ 18 ਕਰੋੜ ਰੁਪਏ ਰੱਖੇ ਨੇ। ਇਸਦੇ ਨਾਲ ਖੇਡ ਸਟੇਡੀਅਮ ਬਣਾਉਣ ਲਈ ਸਰਕਾਰ ਨੇ 43 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਉੱਥੇ ਹੀ ਲੁਧਿਆਣਾ 'ਚ 15 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਬੱਚਿਆਂ ਲਈ ਹੋਸਟਲ ਦੀ ਸੁਵਿਧਾ ਵਾਲਾ ਸਕੂਲ ਤਿਆਰ ਕੀਤਾ ਜਾਵੇਗਾ। ਬਰਨਾਲਾ ਅਤੇ ਮਾਨਸਾ 'ਚ 31.14 ਕਰੋੜ ਰੁਪਏ ਦੀ ਲਾਗਤ ਨਾਲ ਬਿਰਧ ਆਸ਼ਰਮ ਦਾ ਨਿਰਮਾਣ ਕੀਤਾ ਜਾਵੇਗਾ। 100 ਕਰੋੜੀ ਆਸ਼ੀਰਵਾਦ ਸਕੀਮ, ਜਿਸ ਤਹਿਤ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੀਆਂ ਕੁੜੀਆਂ, ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਦੇ ਵਿਆਹ ਉੱਤੇ 21,000 ਕਰੋੜ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਦਲਿਤ ਵਜ਼ੀਫਾ ਸਕੀਮ ਤਹਿਤ 938.71 ਕਰੋੜ ਰੁਪਏ ਅਲਾਟ ਕੀਤੇ ਜਾਣਗੇ। ਪੇਂਡੂ ਆਵਾਸ ਯੋਜਨਾ ਤਹਿਤ ਗਰੀਬਾਂ ਲਈ ਘਰ ਮੁਹੱਈਆ ਕਰਵਾਉਣ ਲਈ 20 ਕਰੋੜ, ਮਨਰੇਗਾ ਤਹਿਤ 500 ਕਰੋੜ ਰੱਖੇ ਜਾਣਗੇ, ਜੋ ਪਿਛਲੀ ਵਾਰ ਦੇ ਮੁਕਾਬਲੇ 92.31% ਵੱਧ ਨੇ। ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਨ ਦੇ ਲਈ 296 ਕਰੋੜ ਰੁਪਏ ਦੀ ਵਿਵਸਥਾ ਰੱਖੀ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ 200 ਕਰੋੜ ਰੁਪਏ ਇਸ ਬਜਟ 'ਚ ਰੱਖੇ ਗਏ ਨੇ। ਲੁਧਿਆਣਾ ਦੇ ਬੁੱਢਾ ਨਾਲੇ ਦੀ ਸਫਾਈ ਲਈ 4.38 ਕਰੋੜ ਰੁਪਏ, ਬਠਿੰਡਾ, ਪਟਿਆਲਾ ਅਤੇ ਹੁਸ਼ਿਆਰਪੁਰ 'ਚ ਪੰਜਾਬੀ ਖਾਣ ਪੀਣ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਫੂਡ ਸਟਰੀਟ ਉਸਾਰੀਆਂ ਜਾਣਗੀਆਂ। ਜਲਿਆਂਵਾਲੇ ਬਾਗ ਦੀ ਸ਼ਤਾਬਦੀ ਮੌਕੇ 5 ਕਰੋੜ ਰੁਪਏ ਅਤੇ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤੀ ਹਿੱਸੇ ਦੇ ਵਿਕਾਸ ਲਈ ਬਣਾਈ ਜਾਣ ਵਾਲੀ ਡੇਰਾ ਬਾਬਾ ਨਾਨਕ ਅਥਾਰਟੀ ਲਈ 25 ਕਰੋੜ ਰੁਪਏ ਰੱਖੇ ਜਾਣਗੇ। ਮੰਡੀ ਗੋਬਿੰਦਗੜ੍ਹ 'ਚ ਪਿਛਲੇ 5 ਸਾਲਾਂ ਦੌਰਾਨ ਠੱਪ ਹੋਈਆਂ 10 ਉਦਯੋਗਿਕ ਇਕਾਈਆਂ ਨੂੰ ਮੁੜ ਸੁਰਜਿਤ ਕੀਤਾ ਜਾਵੇਗਾ। ਪਿਛਲੇ 2 ਸਾਲਾਂ ਤੋਂ ਅਸੀਂ ਲੱਗੇ ਹੋਏ ਸੀ ਕਿ ਪੰਜਾਬ ਦਾ ਜਿਹੜਾ ਆਰਥਿਕ ਢਾਂਚਾ ਹੈ ਇਹਨੂੰ ਮਜ਼ਬੂਤ ਬੁਨਿਆਦਾਂ ਤੇ ਕਿਵੇਂ ਖੜਾ ਕਰੀਏ, ਜਿਹਨੂੰ ਫਿਸਕਲ ਕੰਸੋਲੀਡੇਸ਼ਨ ਕਹਿੰਦੇ ਆ। ਦੈਟ ਵਾਜ਼ ਆਫ ਪ੍ਰਾਇਮਰੀ ਇੰਪੋਰਟੈਂਸ, ਬਿਕੋਜ਼ ਹੋਰ ਸਾਰੀਆਂ ਚੀਜ਼ਾਂ ਬੇਮਾਇਨੇ ਹੈ ਜੇ ਫਿਸਕਲ ਪੋਜੀਸ਼ਨ ਜਿਹੜੀ ਹੈ ਉਹ ਵੀਕ ਹੈ, ਤਾਂ ਨੰਬਰਸ, ਰੈਵਨਿਊ ਡੈਫਿਸਿਟ, ਫਿਸਕਲ ਡੈਫਿਸਿਟ ਐਂਡ ਆਲ, ਜੇ ਉਹ ਕਾਬੂ ਤੋਂ ਬਾਹਰ ਹੈ, ਜੇ ਤੁਹਾਡੀ ਡੈਟ ਕਾਬੂ ਤੋਂ ਬਾਹਰ ਹੈ। ਔਰ ਮੈਂ ਇਸ ਗੱਲ ਦਾ CM ਸਾਹਿਬ ਦਾ ਧੰਨਵਾਦ ਕਰਨਾ, ਔਰ ਮੈਂ ਰਿਕਾਰਡ 'ਚ ਵੀ ਲਿਆਉਣਾ ਚਾਹੁੰਦਾ ਕਿ ਪਿਛਲੇ 2 ਸਾਲਾਂ 'ਚ ਜੋ ਵੀ ਫਾਈਨੈਂਸ ਨੇ ਐਡਵਾਈਸ ਦਿੱਤੀ ਮੁੱਖ ਮੰਤਰੀ ਨੂੰ ਫਾਈਲ ਤੇ ਦਿੱਤੀ, ਇੱਕ ਵਾਰੀ ਵੀ ਨਹੀਂ ਹੋਇਆ ਕਿ ਉਹਨਾਂ ਨੇ ਫਾਈਲ ਤੇ ਓਵਰਰਾਈਡ ਕੀਤੀ। ਜੋ ਫਾਈਲ ਔਰ ਯੂ ਨੋ ਵੀ ਹੈਡ ਅ ਫ੍ਰੀ ਹੈਂਡ ਇਨ ਰਨਿੰਗ ਦ ਡਿਪਾਰਟਮੈਂਟ, ਫੋਰ ਵਿਚ ਆਈ ਐਮ ਐਕਚੁਅਲੀ ਥੈਂਕਫੁਲ ਟੂ ਹਿਮ। ਐਂਡ ਸੋ ਅਸੀਂ ਹੁਣ ਉਸ ਸਥਿਤੀ ਤੇ ਆ ਗਏ ਹਾਂ ਜਿੱਥੇ ਕਿ ਸਾਡੇ ਜਿੰਨੇ ਵੀ ਫਾਈਨੈਂਸ਼ੀਅਲ ਇੰਡੀਕੇਟਰਸ ਹੈ, ਚਾਹੇ ਉਹ You are watching Channel Y, a South Asian Canadian channel.